ਤੁਸੀਂ ਬਿੰਦ ਰੱਖਿਆ ਸਾਹਿਬ ਦੀ ਗੱਲ ਕੀਤੀ ਹੈ, ਬੜਾ ਦੁੱਖ ਲੱਗਦਾ ਜਦੋਂ ਸਾਡੇ ਵਿੱਚ ਦਾ ਇੱਕ ਜੀ ਹੈ ਨਾ ਰੱਬ ਨੂੰ ਪਿਆਰਾ ਹੋ ਜਾਂਦਾ ਹੈ, ਸਾਨੂੰ ਅਲਵਿਦਾ ਕਹਿ ਜਾਂਦਾ ਹੈ। ਸੋ ਟੂਰ ਤੁਸੀਂ ਇਕੱਠਿਆਂ ਕੱਢਿਆ ਹੈ ਨਾ, ਉਹਨਾਂ ਨਾਲ ਕੋਈ ਇਹੋ ਜਿਹੀ ਯਾਦ, ਕਿਸ ਤਰ੍ਹਾਂ ਦਾ ਸੁਭਾਅ ਤੁਹਾਡੇ ਨਾਲ ਉਹਨਾਂ ਦਾ ਸੀਗਾ, ਅੱਜ ਵੀ ਜਦੋਂ ਯਾਦ ਕਰਦੇ ਹੋ ਤਾਂ ਕਿਹੜੀ ਉਹਨਾਂ ਦੀਆਂ ਗੱਲਾਂ ਅੱਜ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੀਆਂ ਨੇ ਹਜੇ ਤੱਕ ਤਾਜ਼ੀਆਂ ਨੇ? ਹਾਂ, ਉਹਨਾਂ ਦਾ ਇੱਕ ਬਹੁਤ ਵੱਡੀ ਗੱਲ ਆ ਵੀ ਟੂਰ ਦੇ ਦੌਰਾਨ ਇਹ ਅਕਸਰ ਗੱਲ ਹੁੰਦੀ ਸੀ ਵੀ ਬਿੰਦ ਰੱਖੀਏ ਨੂੰ ਬੋਲਦੇ ਨੂੰ ਨਹੀਂ ਕਦੀ ਦੇਖਿਆ, ਅਤੇ ਜਦੋਂ ਸਟੇਜ 'ਤੇ ਜਾਂਦੇ ਸੀ ਤਾਂ ਉਹ ਪੂਰਾ ਅੱਗ ਕੱਢਦੇ ਸੀ ਗੀਤਾਂ ਵਾਲੀਆਂ, ਜਿੰਦਾਬਾਦ ਸੀ ਕੰਮ। ਅਤੇ ਮੈਨੂੰ ਮੌਕਾ ਮਿਲਿਆ ਸੀ ਉਹਨਾਂ ਨੂੰ ਕੈਲਗਿਰੀ ਤੋਂ ਵੈਨਕੂਵਰ ਅਸੀਂ ਇਕੱਠੇ ਆਏ, ਉਹਨਾਂ ਦੀ ਵਾਈਫ ਸੀ ਸ਼ਮਸ਼ੇਰ ਸੰਧੂ ਜੀ ਅਤੇ ਉਹਨਾਂ ਦੇ ਸੈਕਟਰੀ ਚੰਨੀ ਸੀ, ਅਤੇ ਇੱਕ ਮੈਨੂੰ ਉਹ ਯਾਦ ਆ ਵੀ ਚੰਨੀ ਨੂੰ ਗਾਲਾਂ ਬਹੁਤ ਕੱਢੀਆਂ ਸੀ, ਅਤੇ ਇੱਕ ਇਹ ਸੀ ਵੀ ਮੇਰਾ ਜਦੋਂ ਮੇਰੇ ਨਾਲ ਬਈ ਦੋ ਚਾਰ ਗੱਲਾਂ ਕਰ ਲੈਂਦੇ ਅਤੇ ਇਹ ਮੈਨੂੰ ਬੜਾ ਵਧੀਆ ਲੱਗਾ, ਅਤੇ ਮੈਂ ਵੀ ਬਈ ਵੱਡੇ ਭਰਾ ਨੂੰ ਮਾੜਾ ਮੋਟਾ ਛੇੜ ਲੈਂਦਾ ਸੀ, ਅਤੇ ਕਦੀ ਇੰਨਾ ਓਪਨ ਤਾਂ ਨਹੀਂ ਸੀਗੇ, ਪਰ ਜਦੋਂ ਮੈਂ ਬੁਲਾਇਆ ਅਤੇ ਵਧੀਆ ਆਨਸਰ ਕੀਤਾ ਅਤੇ ਬਹੁਤ ਘੱਟ ਬੋਲੇ ਜਿੰਨਾ ਵੀ ਅਸੀਂ। ਉਹ ਵੀ 2 ਸਾਲ ਦਾ ਟੂਰ ਸੀ ਸਾਡਾ, ਪਹਿਲਾਂ 1 ਸਾਲ ਅਤੇ ਫਿਰ ਨੈਕਸਟ ਈਅਰ ਵੀ ਮਨਿੰਦਰ ਗਿੱਲ ਨੇ ਸੇਮ PNE ਕੋਲਸੀਅਮ ਅਤੇ ਵੱਡੇ ਹਾਲਾਂ 'ਚ ਹੀ ਸਾਡੇ ਸ਼ੋਅ ਸੀਗੇ। ਅਤੇ ਸਭ ਤੋਂ ਵੱਡੀ ਗੱਲ ਇਹ ਸੀ ਵੀ ਸਾਡੇ ਮੂਹਰੇ ਧਰਮਿੰਦਰ ਪਰਿਵਾਰ ਦਾ, ਸਾਰੇ ਸਨੀ ਬੌਬੀ ਅਕਸ਼ੇ ਕੁਮਾਰ ਦਾ ਸ਼ੋਅ ਸੀ BC ਪਲੇਸ 'ਚ, ਅਤੇ ਦੂਜੇ ਪਾਸੇ ਸਾਡਾ ਸੀ, ਸਾਡੇ ਨਾਲ ਅਮਰਤਾ ਵਿਰਕ ਸੀ, ਅਤੇ 1 ਸਾਲ ਸਾਡੇ ਨਾਲ ਜਸਵਿੰਦਰ ਬਰਾੜ ਜੀ ਸੀਗੇ, ਅਤੇ ਅਸੀਂ 3-4 ਸਿੰਗਰ ਇੱਧਰ ਸੀ ਮੂਹਰੇ, ਉੱਧਰ ਸਾਰੀ ਬੋਲੀਵੁੱਡ ਸੀ, ਅਤੇ ਸਾਡਾ ਸ਼ੋਅ ਵੀ ਸੋਲਡ ਆਊਟ ਸੀ, ਉਹਨਾਂ ਦਾ ਵੀ ਸੋਲਡ ਆਊਟ। ਚਲੋ ਉਹ ਤਾਂ ਵੱਡੇ ਬੰਦੇ ਸੀ, ਉਹਨਾਂ ਦਾ ਹੋਣਾ ਹੀ ਸੀ, ਅਤੇ ਜਿਹੜਾ ਅਸੀਂ ਕਰ ਦਿੱਤਾ ਉਹ ਤਾਂ ਫਿਰ ਤੁਸੀਂ ਸਮਝ ਲਓ ਪੰਜਾਬੀਆਂ ਨੇ ਸਿੰਘ ਫਸਾਉਣੇ ਹੀ ਹੁੰਦੇ ਆ। ਅਤੇ ਸਾਡਾ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਸਾਡੇ ਮੂਹਰੇ ਐਡਾ ਵੱਡਾ ਸ਼ੋਅ ਸੀਗਾ, ਅਤੇ ਮੁੜ ਕੇ ਉਹ ਸਾਨੂੰ ਟੱਕਰੇ ਜਾ ਕੇ ਟੋਰਾਂਟੋ, ਫਿਰ ਬਾਕੀ ਛੋਟੇ ਟਾਊਨਾਂ 'ਚ ਉਹਨਾਂ ਦੇ ਸ਼ੋਅ ਨਹੀਂ ਸੀਗੇ, ਅਤੇ ਸਾਡੇ ਸ਼ੋਅ ਬਹੁਤ ਸਕਸੈਸ ਗਏ, ਅਤੇ ਇਹ ਵੀ ਸਾਡੀ ਇੱਕ ਬਹੁਤ ਵੱਡੀ ਯਾਦ ਆ ਵੀ ਸਾਡੇ ਮੂਹਰੇ ਧਰਮਿੰਦਰ ਹੁਣੀ ਹੋਣ ਅਤੇ ਸਾਡਾ ਸ਼ੋਅ ਸਕਸੈਸ ਹੋ ਜਾਵੇ, ਇਹ ਇੱਕ ਸਵੀਟ ਮੈਮਰੀ ਆ। ਰਾਈਟ।